ਰੱਜਿਆ ਪੁੱਜਿਆ ਹੱਸਦਾ ਵੱਸਦਾ ਇਹ ਸੋਹਣਾ ਪਰਿਵਾਰ ਜਿਸਦੇ ਜਾਣ ਦੀ ਅੱਜ ਦੁਖਦ ਖਬਰ ਸਾਹਮਣੇ ਆਈ। ਇੱਕੋ ਘਰ ਦੇ ਵਿੱਚੋਂ ਚਾਰ ਜਣਿਆਂ ਦੀਆਂ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ। ਇਸ ਘਰ ਦੇ ਵਿੱਚ ਪਤੀ ਪਤਨੀ, ਉਹਨਾਂ ਦੇ ਨਾਲ ਧੀ ਅਤੇ ਮਾਂ ਇਸ ਘਰ ਦੇ ਵਿੱਚ ਰਹਿੰਦੇ ਸਨ। ਪਤਾ ਲੱਗਿਆ ਕਿ ਜਵਾਨ 21 ਸਾਲਾਂ ਧੀ ਵਿਦੇਸ਼ ਦੇ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਪਣੇ ਘਰ ਮਾਪਿਆਂ ਦੇ ਕੋਲ ਪਰਤੀ ਸੀ। ਪਰ ਇਸ ਦੇ ਵਿਚਾਲੇ ਹੀ ਪਿਤਾ ਦੇ ਵੱਲੋਂ ਹੀ ਆਪਣੀ ਧੀ ਦੀ ਜਾਨ ਲਈ ਗਈ। ਨਾ ਸਿਰਫ ਧੀ ਸਗੋਂ ਆਪਣੀ ਮਾਂ ਸਮੇਤ ਪਾਲਤੂ ਕੁੱਤੇ ਤੱਕ ਨੂੰ ਖਤਮ ਕਰ ਦਿੱਤਾ ਗਿਆ। ਬੇਹੱਦ ਹੀ ਦੁਖਦ ਘਟਨਾ ਵਾਪਰੀ ਹੈ। ਚੰਗਾ ਭਲਾ ਸਾਰੇ ਪਰਿਵਾਰ ਨੂੰ ਮਾਂ ਘਰ ਛੱਡ ਕੇ ਗਈ ਸੀ। ਸਿਰਫ ਕੁਝ ਸਮੇਂ ਦੇ ਲਈ ਉਹ ਘਰ ਤੋਂ ਬਾਹਰ ਜਾਂਦੀ ਹੈ। ਅੱਧੇ ਕੁ ਘੰਟੇ ਦੇ ਵਿਚਾਲੇ ਹੀ ਸਾਰੀ ਘਟਨਾ ਨੂੰ ਅੰਜਾਮ ਕਰਦੇ ਹੀ ਜੀ ਦੇ ਵੱਲੋਂ ਦੇ ਦਿੱਤਾ ਗਿਆ ਅਤੇ ਸਭ ਕੁਝ ਖਤਮ ਕਰ ਦਿੱਤਾ ਗਿਆ। ਕੈਨੇਡਾ ਤੋਂ ਆਈ ਆਪਣੀ ਹੀ ਧੀ ਨੂੰ ਬੇਰਹਿਮੀ ਦੇ ਨਾਲ ਪਿਓ ਨੇ ਖਤਮ ਕਰ ਦਿੱਤਾ। ਇੰਨਾ ਹੀ ਨਹੀਂ, ਘਰ ਦੇ ਵਿੱਚ ਮੌਜੂਦ ਆਪਣੀ ਮਾਂ ਅਤੇ ਪਾਲਤੂ ਕੁੱਤੇ ਤੱਕ ਨੂੰ ਨਹੀਂ ਬਖਸ਼ਿਆ। ਦੱਸਦੀ ਕਿ ਇਸ ਮੌਕੇ 'ਤੇ ਉਸਦੀ ਪਤਨੀ ਘਰ ਦੇ ਵਿੱਚ ਨਹੀਂ ਸੀ, ਜਿਸ ਦੇ ਕਾਰਨ ਉਸਦੀ ਜਾਨ ਤਾਂ ਬਚ ਗਈ ਪਰ ਉਸਦੇ ਕੋਲ ਹੁਣ ਕੁਝ ਰਿਹਾ ਵੀ ਨਹੀਂ, ਕਿਉਂਕਿ ਇੱਕ ਇੱਕ ਕਰਕੇ ਸਭ ਕੁਝ ਖਤਮ ਹੋ ਚੁੱਕਿਆ। ਬਰਨਾਲਾ ਦੇ ਵਿੱਚ ਇਹ ਦੁਖਦ ਘਟਨਾ ਵਾਪਰੀ ਹੈ, ਜਿੱਥੇ ਅਕਾਲੀ ਲੀਡਰ ਕੁਲਵੀਰ ਸਿੰਘ ਮਾਨ ਨੇ ਆਪਣੀ ਹੀ ਮਾਂ ਅਤੇ ਧੀ ਨੂੰ ਖਤਮ ਕਰਨ ਤੋਂ ਬਾਅਦ ਕੁੱਤੇ ਨੂੰ ਵੀ ਨਹੀਂ ਬਖਸ਼ਿਆ। ਦੱਸ ਦਈਏ ਕਿ ਇਸ ਘਟਨਾ 'ਤੇ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਅਤੇ ਪੁਲਿਸ ਵਾਲਿਆਂ ਨੇ ਮੁੱਢਲੀ ਜਾਂਚ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਕੁਲਵੀਰ ਸਿੰਘ ਮਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਹ ਵੀ ਪਤਾ ਲੱਗਿਆ ਕਿ ਉਹ ਮਾਨਸਿਕ ਤੌਰ 'ਤੇ ਕੁਝ ਦਵਾਈਆਂ ਵੀ ਲੈ ਰਿਹਾ ਸੀ। ਉਸਨੂੰ ਸੌਣ ਦੇ ਵਿੱਚ ਤਕਲੀਫ ਹੁੰਦੀ ਸੀ ਅਤੇ ਇਸ ਘਟਨਾ ਦੀ ਕਈ ਪੱਖਾਂ ਤੋਂ ਜਾਂਚ ਪੜਤਾਲ ਜਾ ਰਹੀ ਹੈ। DSP ਨੇ ਦੱਸਿਆ ਕਿ ਘਰ ਦੇ ਵਿੱਚ ਲੱਗੇ CCTV ਕੈਮਰਿਆਂ ਤੋਂ ਪਤਾ ਲੱਗਿਆ ਕਿ ਕੁਲਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਧੀ ਨੂੰ ਖਤਮ ਕੀਤਾ ਅਤੇ ਫਿਰ ਮਾਂ ਅਤੇ ਕੁੱਤੇ ਨੂੰ ਵੀ ਖਤਮ ਕਰ ਦਿੱਤਾ। ਸਿਵਲ ਹਸਪਤਾਲ ਉਹਨਾਂ ਨੂੰ ਭੇਜਿਆ ਗਿਆ ਬਾਅਦ ਦੇ ਵਿੱਚ ਅਗਲੀ ਕਾਰਵਾਈ ਦੇ ਲਈ, ਅਤੇ 174 ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਕੁਲਵੀਰ ਮਾਨ ਅਕਾਲੀ ਆਗੂ ਨੇ, ਦੱਸ ਦਈਏ ਕਿ ਬਰਨਾਲਾ ਤੋਂ ਅਕਾਲੀ ਦਲ ਦੇ ਇੰਚਾਰਜ ਕੁਲਵੰਤ ਸਿੰਘ ਕਿੱਤੂ ਦੇ ਨਾਲ ਉਹਨਾਂ ਦੀ ਡੂੰਘੀ ਸਾਂਝ ਸੀ। ਕੁਲਵੀਰ ਸਿੰਘ ਨੇ ਯੂਥ ਅਕਾਲੀ ਆਗੂ ਦੇ ਵਜੋਂ ਵੀ ਆਪਣੀ ਸੇਵਾ ਨਿਭਾਈ ਅਤੇ ਇਸ ਤੋਂ ਇਲਾਵਾ ਲੰਮਾ ਸਮਾਂ ਉਹ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਵੀ ਰਹੇ। ਪਤਾ ਲੱਗਿਆ ਕਿ ਮਹਿਜ਼ ਅੱਧੇ ਘੰਟੇ ਦੇ ਵਿੱਚ ਹੀ ਕੁਲਵੀਰ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦੇ ਦਿੱਤਾ। ਉਸਨੇ ਆਪਣੀ ਮਾਤਾ ਬਲਵੰਤ ਕੌਰ, ਧੀ ਨਿਮਰਤ ਕੌਰ ਨੂੰ ਖਤਮ ਕੀਤਾ ਅਤੇ ਇਹੀ ਆਵਾਜ਼ ਸੁਣਨ ਤੋਂ ਬਾਅਦ ਜਦੋਂ ਪਾਲਤੂ ਕੁੱਤਾ ਭੌਂਕਦਾ ਤਾਂ ਉਸਨੂੰ ਵੀ ਨਹੀਂ ਬਖਸ਼ਿਆ ਗਿਆ। ਉਸਦੀ ਪਤਨੀ ਰਮਨਦੀਪ ਕੌਰ ਘਰ ਤੋਂ ਬਾਹਰ ਸੀ, ਜਿਸਦੇ ਚੱਲਦੇ ਹੋਏ ਉਸਦੀ ਜਾਨ ਤਾਂ ਬਚ ਗਈ ਪਰ ਜਦੋਂ ਉਹ ਘਰ ਪਰਤੀ ਤਾਂ ਉਸਦੇ ਹੋਸ਼ ਉੱਡ ਗਏ, ਕਿਉਂਕਿ ਘਰ ਦੇ ਵਿੱਚ ਸਾਰਿਆਂ ਦੀਆਂ ਮ੍ਰਿਤਕ ਦੇਹਾਂ ਪਈਆਂ ਸੀ। ਕੁਲਵੀਰ ਮਾਨ ਨੇ ਸਭ ਤੋਂ ਵੱਧ ਗੋਲੀਆਂ ਆਪਣੀ ਧੀ ਨਿਮਰਤ ਨੂੰ ਮਾਰੀਆਂ ਨੇ। ਰਾਜਾ ਕਲੋਨੀ ਹੈ, ਇੱਥੇ ਅੱਜ ਸ਼ਾਮ ਕਰੀਬ 6:30 ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮੇਨ ਕੁਲਵੀਰ ਸਿੰਘ ਮਾਨ ਅਤੇ ਉਹਨਾਂ ਦੇ ਪਰਿਵਾਰ ਇਸ ਕੋਠੀ ਦੇ ਵਿੱਚ ਰਹਿ ਰਹੇ ਸੀਗੇ, ਜਿਹਦੇ ਵਿੱਚ ਕਰੀਬ 6:30 ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ ਕੌਰ ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ। ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆ ਅੰਦਰੋਂ ਬੰਦ ਸੀ ਅਤੇ ਉਹਨਾਂ ਨੇ ਕਿਸੇ ਆਪਣੇ ਗੁਆਂਢੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਨ, ਆਪਣੀ ਬੇਟੀ ਨਿਮਰਤ ਕੌਰ ਅਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਨ ਦੀ ਜਿਹੜੀ ਮਦਰ ਸੀਗੇ ਬਲਵੰਤ ਕੌਰ, ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ।
ਕੁਲਵੀਰ ਸਿੰਘ ਮਾਨ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਿਵਾਲਵਰ ਵੀ ਜਿਹੜਾ ਪਿਆ ਸੀ, ਤੇ ਕੁਲਵੀਰ ਸਿੰਘ ਮਾਨ ਦਾ ਇੱਕ ਪੈਟ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈਡ ਬੋਡੀ ਜਿਹੜੀ ਆ ਉਸ ਰੂਮ ਦੇ ਵਿੱਚ ਪਈ ਸੀ। ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ 'ਤੇ ਜਦੋਂ ਸੂਚਨਾ ਮਿਲੀ ਆ, ਅਤੇ ਸਾਡੇ ਮੌਕੇ ਦੇ ਉੱਤੇ ਮੈਂ, ਸਾਡੇ SHO ਸਿਟੀ ਬਰਨਾਲਾ, SHO ਸਦਰ ਬਰਨਾਲਾ, CIA ਦੀ ਟੀਮ ਅਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ 'ਤੇ ਪਹੁੰਚੀਆਂ ਨੇ। ਅਸੀਂ ਸਾਰਾ ਮੌਕੇ ਦਾ ਮੁਲਾਜ਼ਾ ਕੀਤਾ, ਘਰ ਦੇ ਜੋ CCTV ਕੈਮਰੇ ਨੇ ਉਹਨਾਂ ਨੂੰ ਵੀ ਐਨਾਲਿਸਿਸ ਕੀਤਾ। ਸੋ ਉਹਦੇ ਵਿੱਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਆ ਕਿ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ, ਜਿਹਦੀ ਕਿ ਉਮਰ ਕਰੀਬ 21 ਸਾਲ ਸੀ, ਉਸ ਤੋਂ ਬਾਅਦ ਆਪਣੀ ਮਦਰ ਬਲਵੰਤ ਕੌਰ ਜਿਨ੍ਹਾਂ ਦੀ ਉਮਰ ਕਰੀਬ 85 ਸਾਲ ਸੀ, ਅਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਤਿੰਨਾਂ ਦੀ ਹੱਤਿਆ ਕੀਤੀ ਗਈ। ਸੋ ਇਹ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਲੈ ਲਿਆ ਗਿਆ, ਅਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਮਾਨ ਸੀ ਇਹ ਕਾਫ਼ੀ ਲੰਬੇ ਸੀ, ਅਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ। ਸੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਇਹਨੇ ਇਹ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ, ਅਤੇ ਹੁਣ ਜਿਹੜਾ ਮੁਲਾਜ਼ਮ ਮੌਕਾ ਚੱਲ ਰਿਹਾ, ਫੋਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵੀਡੈਂਸਿਸ ਨੂੰ ਇਕੱਠਾ ਕਰ ਰਹੀ ਹੈ। ਅਤੇ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ, ਇਹ ਕੁਛ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ, ਇਹ ਕੈਨੇਡਾ ਦੇ ਵਿੱਚ ਉੱਥੇ ਸਟੱਡੀ ਕਰ ਰਹੀ ਸੀ। ਨਹੀਂ, ਇਹੋ ਜਿਹੀ ਕੋਈ ਵੀ ਗੱਲ, ਇਹਨਾਂ ਦਾ ਪਰਿਵਾਰ ਜੋ ਅਸੀਂ ਆਲੇ ਦੁਆਲੇ ਤੋਂ ਵੀ ਪਤਾ ਕੀਤਾ, ਜੋ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ, ਗੁਆਂਢੀਆਂ ਤੋਂ ਵੀ, ਬਹੁਤ ਹੀ ਸਾਊ ਅਤੇ ਸ਼ਰੀਫ ਪਰਿਵਾਰ ਸੀ। ਕੋਈ ਵੀ ਇਹਨਾਂ ਦੇ ਪਰਿਵਾਰ ਵਿੱਚ ਆਪਸ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਹੋਰ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ, ਝਗੜਾ ਜਾਂ ਰੰਜਿਸ਼ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ ਸੀ। ਸਿਰਫ ਇਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਕੁਲਵੀਰ ਸਿੰਘ ਮਾਨ ਹੈ ਉਹ ਖੁਦ ਕਾਫ਼ੀ ਲੰਬੇ ਸਮੇਂ ਸੀ, ਅਤੇ ਇੱਕ ਇਹਦੀ ਸਰਜਰੀ ਵੀ ਹੋਈ ਸੀ ਜਿਹਦੇ ਕਰਕੇ ਇਹਦੀਆਂ ਦਿਮਾਗ ਦੀਆਂ ਨਾੜਾਂ ਦੀ ਜਾਂ ਕੁਛ ਸੌਣ ਦੀ ਵੀ ਇਹਨੂੰ ਪ੍ਰੋਬਲਮ ਰਹਿੰਦੀ ਸੀ, ਅਤੇ ਇਸ ਦੇ ਚੱਲਦਿਆਂ ਹੀ ਇਹਦੇ ਵੱਲੋਂ ਇੱਕ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰ ਦੇ ਵਿੱਚ ਹੁਣ ਇਹਨਾਂ ਦੇ ਸਰਵਾਈਵਿੰਗ ਤਾਂ ਸਿਰਫ ਇਹਨਾਂ ਦੇ ਜਿਹੜੇ ਵਾਈਫ ਨੇ ਰਮਨਦੀਪ ਕੌਰ ਹੀ ਬੱਚੇ ਨੇ। ਸਰ, ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ? ਹੁਣ ਅਸੀਂ ਜਿਹੜਾ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਵਾਈਫ ਰਮਨਦੀਪ ਕੌਰ ਦੇ ਬਿਆਨਾਂ ਦੇ ਉੱਤੇ 174 ਦੀ ਕਾਰਵਾਈ ਕਰਾਂਗੇ, ਅਤੇ ਕੱਲ੍ਹ